ਪਹਿਲਾਂ ਪਾਣੀ ਆਉਣ ਦੇ ਫਿਰ ਗੋਲ ਤੇ ਗੱਪਾ 100 ਕੰਮ ਆ ਯਾਰ खाने दही ते पल्ला आर खोल उधर ला आप ही खोल ना मेथों नहीं खोल दा ठंडी हो जाती ਲਿਆ ਆ ਜਾਓ ਹੁਣ ਖਾ ਲਓ ਇਹਨੂੰ ਠੰਡੇ ਹੋ ਜਾਣੇ ਆ ਫੇਰ ਲਾ ਲਾਂਗੇ ਤੇਰ ਉਹ ਗੁੰਡੇ ਨੂੰ ਚਲ ਕੀ ਆਖ ਆ ਪੋਚਾ ਰੇੜੀ ਤੁਸੀਂ ਤੋੜਦਾ ਜੀ ਮੈਂ ਥੋੜਾ ਛੋਟਾ ਤੋੜ ਕੇ ਰੱਖਿਆ ਪਿਆ ਫੇਰ ਮੰਮੀ ਤੋਂ ਟੁੱਟਿਆ ਹੁਣ ਨਹੀਂ ਛੱਡੀ ਗੱਲ ਆਮ ਰੱਖਾ ਹਾਂ ਮੈਂ ਜੁੜੇ ਮੁੜ ਕੇ ਫਿਰ ਮੈਂ ਗਾੜੀ ਖੋਲੀ ਫੇਰ ਮੰਮੀ ਤੋਂ ਟੁੱਟਿਆ ਮੈਂ ਨਾਲ ਕਹੀ ਗਿਆ ਵੀ ਸਬਜ਼ੀ ਲੈ ਕੇ ਆਇਆ ਡੈਡੀ सूट भी लैके आई अज सूट भी लाया ने अज एक काली वंड कर दी दे लाइट नहीं आई अज की हो गया पिंदे नू हां की कराउना है हां लोट नहीं लोट नहीं करना मैं ला के छट जा के मैं पानी तो मैं दूंगा नहीं नहीं लोट करना ला के छट जा तू कभी फिर टंकी तो मैं वेली होगी सही गल है भाई सारी टंकी वेली हो जाती है ओ आठन दो वेली जड़ भांडी बनी तन मेरे सारा चो चो के बा ठीक है चल कोई गल नहीं फिर खाने भेज दो मंफरी कर दे ला यार सही गल लिया फिर ताई आज तो ना एक चीज खपाउने हैं नवी लिया के अच हैं ओ आज अपने ओ चको रोई मैं तई कर लांगे दादा ये पनीर वाला आ गया कौन में चकता ही अपन दादा खा लेंगे मैं ते असी कर लेने दा तू खा रहा मैं ता इतना नहीं खाना चाप तुसी अद्धा अद्धा कर लो भाई हाँ भाई चटनी ये चलो खा बाद चो कट ली हुण इहनू खा ला इहनू ठंडा हो जाना हैं इथों डैडी इथों नहीं बढ़ना सी मैं थोनू दसदा कित्थों खाना सीगा कोई ना इथों ही खा ला तू अच्छा करेले टमाटर 250 नू किलो ला फिर चक लिया टमाटर तो मिलते नहीं होर की है चको खरा 60 रुपये वाह अच्छा
ਆਏ ਕਰ ਉਹ ਲਿਆ ਆ ਮੈਂ ਕਰ ਦੋ ਧੋ ਕੇ ਲਿਆਉਣਾ ਕਰ ਦੋ ਧੋ ਕੇ ਲਿਆਉਣਾ ਇਹਨਾਂ ਨਾਲ ਵੱਢ ਲਿਓ ਹੈਂ ਕੌਲੀ ਕਾਹਦੇ ਚ ਪਾ ਕੇ ਲਿਆਂਦੇ ਤਾਈ ਬਟੂਆਂ ਚ ਪਾਣੀ ਲਿਆ ਦੇਣਾ ਫੋਨ ਚ ਪੈਸੇ ਪੈਸੇ ਪਾ ਦਿੰਦਾ ਨਾ ਪੈਸੇ ਰਹਿਣ ਦੇ ਫਿਰ ਘੰਟਾ ਘੰਟਾ ਫੋਨ ਨਹੀਂ ਤੂੰ ਕੱਟਦੀ ਗੀ ਹੁਣ ਠੀਕ ਆ ਵਧੀਆ ਨਾ ਆਪੇ ਬੰਦ ਰਹੂਗਾ ਐਵੇਂ ਹੜਦੀ ਤਾਂ ਹੁੰਦੀ ਨੀ ਲੈ ਬਾਰ ਖੋਲ ਮੈਂ ਜਾਣਾ ਡੱਲੇ ਨੂੰ ਮੈਂ 10 ਰੁਪਏ ਵੀ ਨੀ ਪਵਾਉਣੇ ਗੇ ਹੁਣ ਚੱਲ ਵੜਦੀ ਆ ਸਾਫ ਜੀ ਬਣਾ ਲਾ ਕੋਈ ਨਾ ਕੇ ਕੱਟ ਆਉਣਾ ਮੈਂ ਫੇਰ ਲੈ ਜੂ ਤੈਨੂੰ ਕਿਸੇ ਦਿਨ ਤੂੰ ਤਾਂ ਉਧਰ ਹੀ ਰਹਿੰਦੀ ਨਾਨਕੇ ਕਦੇ ਪਿੰਡ ਨੂੰ ਕਦੇ ਨਾਨਕਿਆਂ ਨੂੰ ਨਾਨਕੇ ਆ ਮੇਰੇ ਨਾਨਕੇ ਤਾਂ ਹੁਣ ਮੇਰੇ ਤਾਂ ਗਏ ਸਾਰੇ ਮਾਮੇ ਦੇ ਮੁੰਡੇ ਵੀ ਗਏ ਜੀ ਨੀ ਲੱਗਦਾ ਹੁਣ ਉੱਥੇ ਚੱਲ ਬਾਰ ਖੋਲ ਉਧਰ ਲਾ ਬਾਹਰੋਂ ਬੁਰੋਂ ਨੀ ਲੱਗਣਾ ਕੋਈ ਲੈ ਜੂ ਚੱਕ ਕੇ ਰੋਟੀ ਮੇਰੀ ਲਾ ਦੀ ਨਾ ਨਾ ਮੈਂ ਘਰੇ ਆ ਕੇ ਖਾਊ ਉਹਨੂੰ ਕਿਹੜਾ ਪਤਾ ਵੀ ਮੈਂ ਆਉਣਾ ਉਹਨੂੰ ਤਾਂ ਬਸ ਜਾ ਕੇ ਹੀ ਦੱਸਣਾ ਵਾ ਮੈਂ ਉਹਨੂੰ ਤਾਂ ਸਰਪ੍ਰਾਈਜ਼ ਦੇਣਾ ਸਰਪ੍ਰਾਈਜ਼ ਲੈ ਪੈਸੇ ਤਾਂ ਦੇ ਮੈਂ ਕੇਕ ਲੈ ਕੇ ਜਾਣਾ ਯਾਰ ਓ ਮੇਰੇ ਕੋਲ ਹੁੰਦੇ ਕਿੱਦਾਂ ਕਿੱਥੇ ਲਾ ਕੇ ਆਇਆ ਇੱਧਰ ਨੂੰ ਕਰੀ ਇੱਧਰ ਨੂੰ ਕਿੱਥੇ ਲਾ ਕੇ ਕੀ 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 ਲੈ ਕੇ ਆਇਆ ਸਬਜ਼ੀ ਤਾਂ 60 ਰੁਪਈਆਂ ਦੀ ਲੈ ਕੇ ਆਉਂਦੀ ਹੈ ਮੇਰੇ ਕੋਲ ਹੁਣ ਕਿੱਥੇ ਆ ਹੋਰ ਕਿਹਦੇ ਕੋਲੇ ਅਜੇ ਬਾਪੂ ਨੇ ਪੈਨਸ਼ਨ ਨਹੀਂ ਲੈਂਦੀ ਨਾ ਨਾ ਤੇਰੇ ਕੋਲੇ ਪੈਸੇ ਹੁੰਦੇ ਆ ਸਾਰਾ ਕੁਝ ਹੁੰਦਾ ਹੋਰ ਭਿੰਡੀਆਂ ਬਹੁਤ ਮਹਿੰਗੀਆਂ ਸਾਰਾ ਕੁਝ ਹੀ ਮਹਿੰਗਾ ਹੋਇਆ ਪਿਆ ਤਾਈ ਬੱਦਲ ਆ ਗਿਆ ਸਹੀ ਗੱਲ ਆ ਪਹਿਲੇ ਦਿਨ ਆ ਫਿਰ ਜਿੱਦਣ ਤੂੰ ਰੇਟ ਨੀ ਤੋੜਿਆ ਦਹੀਂ ਭੱਲਾ ਦਹੀਂ ਭੱਲੇ ਦੇ ਕਿਹੜੇ ਕਿਹੜੇ ਸ਼ੌਕੀਨ ਆ ਮੁੰਡੇ ਤੇ ਕੁੜੀਆਂ ਆ ਜੋ ਵੀ ਜਿਹਨੇ ਖਾਣੇ ਆ ਦਹੀਂ ਤੇ ਭੱਲਾ ਕੱਲਾ ਕੱਲਾ ਗੋਲ ਗੱਪੇ ਜੇ ਨੀ ਪਾਏ ਜੇ ਹਨਾ ਕੱਪਕ ਗੋਲ ਗੱਪੇ ਸੀ ਨਹੀਂ ਦਹੀਂ ਭੱਲੇ ਆ ਚੱਲ ਵੀ ਮੱਖਣ ਆਉਣ ਦੇ ਗਰਾਜ ਫਿਰ ਪਹਿਲਾਂ ਪਾਣੀ ਆਉਣ ਦੇ ਫਿਰ ਗੋਲ ਤੇ ਗੱਪਾ ਮੱਖਣ ਦੇ ਗੋਲ ਗੱਪੇ ਕਹਿੰਦੇ ਸਿਰਾ ਹੀ ਹੁੰਦੇ ਆ ਕਿਹੜੀ ਮੱਖਣਾ ਗੋਲ ਗੱਪੇ ਟਿੱਕੀ ਦਹੀਂ ਭੱਲੇ ਸਹੀ ਗੱਲ ਇੱਕ ਗੱਲ ਹੋਰ ਆ ਵੀ ਮੱਖਣ ਗੋਲ ਗੱਪੇ ਖਵਾਉਂਦਾ ਵੀ ਦਸਤਾਨੇ ਜਾੜ ਕੇ ਆਇਆ ਨੀ ਬਿਨਾਂ ਦਸਤਾਨੇ ਤੋਂ ਨੀ ਖਵਾਉਂਦਾ ਜਿਨ੍ਹਾਂ ਦੇ ਮਾਂ ਪਿਓ ਕੋਲੇ ਆ ਉਹ ਕਦਰ ਨੀ ਕਰਦੇ ਪੁੱਤ
ਜਿਨ੍ਹਾਂ ਦੇ ਕੋਲੇ ਨਹੀਂ ਉਹ ਤਰਸਦੇ ਆ ਮਾਂ ਪਿਓ ਨੂੰ ਵੀ ਸਾਡਾ ਮਾਂ ਪਿਓ ਹੋਵੇ ਸਾਡੇ ਕੋਲੇ। ਛੋਟੀਆਂ ਉਮਰਾਂ 'ਚ ਬਾਹਰ ਚਲੇ ਜਾਂਦੇ ਆ ਫਿਰ ਬੈਠੇ ਉੱਥੇ ਤੜਫਦੇ ਆ ਵੀ ਸਾਨੂੰ ਮਾਂ ਚਾਹੀਦੀ ਆ ਸਾਨੂੰ ਪਿਓ ਚਾਹੀਦਾ। ਫਿਰ ਹੁਣ ਮਿਲਦਾ ਏ ਕਰਮਾਂ ਨਾਲ ਮਿਲਦਾ ਮਾਂ ਪਿਓ ਵੀ ਕਿਹੜਾ ਹਰੇਕ ਨੂੰ ਮਿਲ ਜੂਗਾ। ਜਿਨ੍ਹਾਂ ਦੇ ਕੋਲੇ ਆ ਉਹ ਉਹਨੇ ਉਹ ਲੱਤਾਂ ਮਾਰਦੇ ਆ ਮਾਂ ਪਿਓ ਨੂੰ ਹੀ ਉਹ ਸਿਆਣਦੇ ਨਹੀਂ ਗੇ। ਜਿਹੜੇ ਪ੍ਰਦੇਸ਼ਾਂ 'ਚ ਬੈਠੇ ਆ ਉਹ ਕਹਿੰਦੇ ਸਾਨੂੰ ਮਾਂ ਪਿਓ ਚਾਹੀਦਾ। ਲੱਕੜੀ ਦਾ ਤਿਉਹਾਰ ਆਉਂਦਾ ਲੱਕੜੀ ਦਾ ਤਿਉਹਾਰ ਆਉਂਦਾ ਹੁਣ ਜਿਨ੍ਹਾਂ ਦੇ ਭਾਈ ਪ੍ਰਦੇਸ਼ਾਂ 'ਚ ਬੈਠੇ ਆ ਉਹ ਭੈਣਾਂ ਰੋਂਦੀਆਂ ਵੀ ਅਸੀਂ ਲੱਕੜੀ ਕਿਵੇਂ ਬੰਨਾਂਗੇ ਆਪਦੇ ਭਾਈ ਦੇ। ਸੌਣ ਚੜ ਗਿਆ ਭੈਣਾਂ ਡੀਕਦੀਆਂ ਸੰਧਾਰੇ ਵੀ ਸਾਡੇ ਵੀਰ ਸੰਧਾਰਾ ਲੈ ਕੇ ਆਉਣਗੇ ਹੁਣ ਭਾਈ ਸਾਡੇ। ਸੌਣ ਦੇ ਮਹੀਨੇ ਫਿਰ ਤੀਆਂ ਆਉਂਦੀਆਂ ਕੁੜੀਆਂ ਇਕੱਠੀਆਂ ਹੁੰਦੀਆਂ ਫਿਰ ਉਹ ਕਹਿੰਦੀਆਂ ਸੌਣ ਵੀਰ ਇਕੱਠੀਆਂ ਕਰੇ ਭਾਦੋ ਚੰਦਰੀ ਵਿਛੋੜੇ ਪਾਵੇ। ਫਿਰ ਭਾਦੋ ਚੜ ਜਾਂਦੀ ਆ ਫਿਰ ਕੁੜੀਆਂ ਆਪੋ ਆਪਣੇ ਘਰਾਂ ਨੂੰ ਜਾਂਦੀਆਂ। ਉਹ ਸੰਧਾਰੇ ਨੂੰ ਫਿਰ ਮਾਂ ਜਵਾਕ ਉਡੀਕਦੇ ਆ ਵੀ ਸਾਡਾ ਮਾਮਾ ਸੰਧਾਰਾ ਲੈ ਕੇ ਨਹੀਂ ਆਇਆ ਗਾ। ਫਿਰ ਮਾਂ ਉਹਨੂੰ ਕਹਿੰਦੀ ਆ ਪੁੱਤ ਆਊਗਾ ਤੁਹਾਡਾ ਮਾਮਾ ਸੰਧਾਰਾ ਲੈ ਕੇ ਆਊਗਾ। ਹੁਣ ਸੌਣ ਚੜ ਗਿਆ ਹੁਣ ਤਾਂ ਆਊਗਾ ਹੀ। ਧੀ ਪੁੱਤ ਦਾ ਵਿਆਹ ਹੁੰਦਾ ਉਹਦੇ ਮਾਂ ਪਿਓ ਨਹੀਂ ਹੁੰਦੇ ਜਾਂ ਮਾਂ ਨਹੀਂ ਹੁੰਦਾ ਜਾਂ ਪਿਓ ਨਹੀਂ ਹੁੰਦਾ ਉਹ ਫਿਰ ਉਹਦੀ ਫੋਟੋ ਰੱਖਦਾ। ਜਦੋਂ ਉਹਦੇ ਬਟਨਾ ਮਲਦੇ ਆ ਉਹਦੀ ਫੋਟੋ ਰੱਖਦਾ ਫਿਰ ਉਹਨੂੰ ਜੱਫੀ ਪਾ ਕੇ ਰੋਂਦਾ ਵੀ ਹਾਏ ਅੱਜ ਮੇਰੀ ਮਾਂ ਹੁੰਦੀ ਅੱਜ ਮੇਰਾ ਪਿਓ ਹੁੰਦਾ ਉਹਨੂੰ ਕਿੰਨਾ ਚਾਅ ਹੋਣਾ ਸੀ ਕਿੰਨੇ ਸ਼ਗਨ ਮਨਾਉਣੇ ਸੀ। ਹਾਂ ਜਦੋਂ ਕਿਸੇ ਧੀ ਪੁੱਤ ਦਾ ਵਿਆਹ ਹੁੰਦਾ ਜਦੋਂ ਫਿਰ ਉਹ ਬਟਨਾ ਮਲਦੇ ਆ ਉਦੋਂ ਫਿਰ ਮਾਂ ਪਿਓ ਯਾਦ ਆਉਂਦਾ ਉਹ ਫੋਟੋ ਰੱਖ ਲੈਂਦਾ ਕੋਲੇ ਫਿਰ ਉਹ ਜੱਫੀਆਂ ਪਾ ਪਾ ਫੋਟੋ ਨੂੰ ਇੱਕ ਨਾ ਲਾ ਕੇ ਰੋਂਦਾ ਵੀ ਅੱਜ ਮੇਰੀ ਮਾਂ ਹੁੰਦੀ ਮੇਰਾ ਪਿਓ ਹੁੰਦਾ ਕਿੰਨੀ ਖੁਸ਼ੀ ਹੋਣੀ ਸੀ। ਭਾਵਾਂ ਫੋਕਾ ਸੱਤੇ ਹੱਥ ਰੱਖ ਦਿੰਦਾ ਪਰ ਫਿਰ ਵੀ ਹੌਸਲਾ ਹੋ ਜਾਂਦਾ ਬੱਚੇ ਨੂੰ ਕਿੰਨੀ ਖੁਸ਼ੀ ਹੋਣੀ ਸੀ ਕਿੰਨੇ ਉਹਨੇ ਚਾਅ ਪੂਰੇ ਕਰਨੇ ਸੀ। ਮਾਂ ਪਿਓ ਦਾ ਪਿਆਰ ਹੀ ਇਹੋ ਜਿਹਾ ਹੁੰਦਾ ਜਿਹੜਾ ਮਾਂ ਪਿਓ ਦਾ ਪਿਆਰ ਪਿਆਰ ਇਹੋ ਜਿਹਾ ਹੀ ਹੁੰਦਾ। ਉਹ ਉਹਨੂੰ ਇੰਨੀ ਖੁਸ਼ੀ ਹੋ ਜਾਣੀ ਸੀ ਵੀ ਮੇਰਾ ਪਿਓ ਪਤਾ ਨਹੀਂ ਮਾਂ ਕਿੰਨਾ ਕੁ ਚਾਵਾਂ ਨਾ ਕਰਦੇ ਅੱਜ ਹੈ ਹੀ ਨਹੀਂ ਅੱਜ ਉਹ ਰੋਂਦਾ ਫਿਰ ਫੋਟੋ ਲਾ ਲਾ ਇੱਕ ਨੂੰ ਵੀ ਅੱਜ ਮੇਰਾ ਮਾਂ ਹੁੰਦੀ ਮੇਰਾ ਪਿਓ ਹੁੰਦਾ ਮੇਰੇ ਚਾਅ ਪੂਰੇ ਸਾਰੇ ਕਰਦਾ। ਜਿਨ੍ਹਾਂ ਦੇ ਹੈ ਨਹੀਂ ਉਹ ਰੋਂਦੇ ਆ ਜਿਨ੍ਹਾਂ ਦੇ ਹੈਗੇ ਆ ਉਹ ਠੇਡੇ ਮਾਰਦੇ ਆ ਕੋਈ ਪੁੱਛਦਾ ਵੀ ਨਹੀਂ ਸਿਆਣਦਾ ਵੀ ਨਹੀਂ ਵੀ ਮੇਰੀ ਮਾਂ ਜਾਂ ਮੇਰਾ ਪਿਓ ਆ।